ਸ਼ਹੀਦ ਆਜ਼ਮ ਸੁਖਦੇਵ ਥਾਪਰ ਦੇ 112ਵੇਂ ਜਨਮ ਦਿਨ ਮੌਕੇ ਉਹਨਾਂ ਦੇ ਜਨਮ ਸਥਾਨ ਨੌਕਰਾ ਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਮੰਤਰਾਂ ਦੇ ਉਚਾਰਨ ਨਾਲ ਅਤੇ ਪੂਜਾ ਪਾਠ ਨਾਲ ਹੋਈ। ਇਸ ਦੌਰਾਨ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਪ੍ਰਤੀਨਿਧੀ ਵੀ ਪਹੁੰਚੇ ਅਤੇ ਉਹਨਾਂ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਅਸ਼ੋਕ ਥਾਪਰ ਅਤੇ ਸੰਦੀਪ ਥਾਪਰ ਨੇ ਦੱਸਿਆ ਕਿ ਸ਼ਹੀਦ ਦਾ ਜਨਮ 15 ਮਈ 1907 ਨੂੰ ਨੌਕਰਾ ਚ ਹੋਇਆ ਸੀ। ਟਰੱਸਟ ਵੱਲੋਂ ਇਸ ਜਨਮ ਸਥਲੀ ਦਾ ਕੁਝ ਵਿਕਾਸ ਹੋ ਸਕਿਆ, ਪਰ ਅਫਸੋਸ ਹੈ ਕਿ ਸਰਕਾਰੀ ਦਾਅਵਿਆਂ ਦੇ ਬਾਵਜੂਦ ਅਜੇ ਤੱਕ ਸ਼ਹੀਦ ਦੀ ਜਨਮ ਸਥਲੀ ਨੂੰ ਮੇਨ ਰੋਡ ਨਾਲ ਨਹੀਂ ਜੋੜਿਆ ਜਾ ਸਕਿਆ। ਸ਼ਹੀਦ ਆਜ਼ਮ ਸੁਖਦੇਵ ਥਾਪਰ ਜੀ ਦਾ 112ਵਾਂ ਜਨਮ ਦਿਨ ਅਸੀਂ ਮੁਹੱਲਾ ਨੰਗਾਰਾ, ਜਿੱਥੇ ਉਹਨਾਂ ਦਾ ਜਨਮ ਸਥਾਨ ਹੈ, ਉੱਥੇ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਹਾਂ। ਅੱਜ 112ਵਾਂ ਜਨਮ ਦਿਨ ਇੱਥੇ ਬੜੀ ਧੂਮਧਾਮ ਨਾਲ ਅਸੀਂ ਮਨਾਉਂਦੇ ਹਾਂ ਔਰ ਮਨਾਉਂਦੇ ਰਹਾਂਗੇ। ਇੱਥੇ ਸਕੂਲਾਂ ਦੇ ਬੱਚੇ ਇੱਕ ਮੈਡੀਕਲ ਕੈਂਪ ਔਰ ਬਲੱਡ ਕੈਂਪ ਅਸੀਂ ਲਗਾਇਆ ਕਿ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਲੱਡ ਕੈਂਪ ਔਰ ਮੈਡੀਕਲ ਕੈਂਪ ਲਗਾਇਆ। ਹੋਰ ਵੀ ਕਈ ਐਸੀਆਂ ਸੰਸਥਾਵਾਂ ਜਿਹੜੀਆਂ ਇੱਥੇ ਆ ਰਹੀਆਂ ਉਹ ਸ਼ਹੀਦ ਆਜ਼ਮ ਸੁਖਦੇਵ ਜੀ ਨੂੰ ਨਮਨ ਕਰਨ ਲਈ ਆ ਰਹੀਆਂ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਨਿਸ਼ਾਵਰ ਕਰਤੀ। ਉਹ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਨੌਜਵਾਨ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਹੈ, ਉਹਨਾਂ ਦੇ ਨਕਸ਼ੇ ਕਦਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਨਕਸ਼ੇ ਕਦਮ 'ਤੇ ਚੱਲਣ। ਅਸੀਂ ਹਰ ਸਾਲ ਇੱਥੇ ਬੱਚਿਆਂ ਨੂੰ, ਸਕੂਲਾਂ ਦੇ ਬੱਚਿਆਂ ਨੂੰ ਅਸੀਂ ਬੁਲਾਉਂਦੇ, ਕਿਉਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਆਜ਼ਮ ਸੁਖਦੇਵ ਥਾਪਰ ਮੁਹੱਲਾ ਨੌਕਰਾਂ ਦੇ ਵਿੱਚ ਜਨਮ ਹੋਇਆ 1907 ਦੇ ਵਿੱਚ, ਔਰ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਥੇ 23 ਮਾਰਚ ਨੂੰ ਵੀ ਸ਼ਹੀਦੀ ਦਿਵਸ ਨੂੰ ਹਵਨ ਜਾਗ ਕਰਾਉਂਦੇ ਹਾਂਗੇ। ਉਹਨਾਂ ਦੀ ਅਮਨ ਸ਼ਾਂਤੀ ਔਰ ਦੇਸ਼ ਦੀ ਸ਼ਾਂਤੀ ਲਈ ਅਸੀਂ ਹਵਨ ਜਾਗ ਉਹਨਾਂ ਦੇ ਨਿਮਿੱਤ ਕਰਾਉਂਦੇ ਹਾਂ। 15 ਮਈ ਨੂੰ ਹਰ ਸਾਲ ਦੀ ਤਰ੍ਹਾਂ ਅਸੀਂ ਇੱਥੇ ਜਨਮ ਦਿਨ ਮਨਾਉਂਦੇ ਹਾਂ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਸ਼ਹੀਦ ਆਜ਼ਮ ਸੁਖਦੇਵ ਜੀ ਦਾ ਜਨਮ ਲੁਧਿਆਣਾ ਮੁਹੱਲਾ ਨੌਕਰਾ ਪੰਜਾਬ ਦੇ ਵਿੱਚ ਹੋਇਆ। ਔਰ ਕਈ ਲੋਕਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈ ਕਿ ਸ਼ਹੀਦ ਸੁਖਦੇਵ ਥਾਪਰ, ਕਈ ਅਫਸਰ ਤਾਂ ਇਹ ਪੁੱਛ ਲੈਂਦੇ ਕੌਣ ਸੁਖਦੇਵ, ਪਰ ਅਸੀਂ ਉਹਨਾਂ ਨੂੰ ਇਹੀ ਦਿਖਾਉਣਾ ਚਾਹੁੰਦੇ ਹਾਂ ਕਿ ਸ਼ਹੀਦ ਸੁਖਦੇਵ ਥਾਪਰ, ਭਗਤ ਸਿੰਘ, ਰਾਜਗੁਰੂ, ਸੁਖਦੇਵ, 3 ਜਿਸਮ 1 ਜਾਨ ਸੀ, ਉਹਨਾਂ ਨੂੰ 3 ਨੂੰ ਬਰਾਬਰ ਉਹਨਾਂ ਨੂੰ ਦੇਣਾ ਚਾਹੀਦਾ। ਉਹ ਕਈ ਸਾਲ ਪਹਿਲਾਂ ਇੱਥੇ 10 ਲੱਖ ਰੁਪਇਆ ਪਾਸ ਹੋਇਆ ਸੀ, ਉਹਦੇ ਵਿੱਚ ਥੋੜ੍ਹੀ ਜਿਹੀ ਰੈਨੋਵੇਸ਼ਨ ਹੋਣ ਤੋਂ ਬਾਅਦ ਉਹ ਵਿੱਚੇ ਰੁਕ ਗਿਆ। ਹੁਣ 15 ਅਗਸਤ ਨੂੰ ਮਾਨਨੀਏ ਚੀਫ ਮਿਨਿਸਟਰ ਸਰਦਾਰ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ 15 ਅਗਸਤ ਨੂੰ 1 ਕਰੋੜ ਰੁਪਇਆ ਪਾਸ ਕੀਤਾ ਸੀ, ਜਿਹੜਾ ਕਿ ਇਹਨਾਂ ਦੀ ਨੌਕਰੇ ਦੀ ਖੂਬਸੂਰਤੀ ਲਈ, ਔਰ ਕੁਛ ਜਗ੍ਹਾ ਇੱਥੋਂ ਰਸਤਾ ਨਿਕਲਦਾ ਉਹ 40 ਗਜ ਦੀ ਜਗ੍ਹਾ ਜਿਹੜੀ ਕਿ 10 ਫੁੱਟ ਦਾ ਰਸਤਾ ਸਿੱਧਾ ਚੌੜਾ ਬਾਜ਼ਾਰ ਨੂੰ ਨਿਕਲੇ। ਅਸੀਂ ਡਿਮਾਂਡ ਸਾਡੀ ਇਹ ਚੌੜਾ ਬਾਜ਼ਾਰ ਨੂੰ ਰਸਤਾ ਨਿਕਲੇਗਾ ਅਤੇ ਆਵਾਜਾਵੀ ਰਹੇਗੀ, ਸਕੂਲਾਂ ਦੇ ਬੱਚੇ, ਕਾਲਜਾਂ ਦੇ ਬੱਚੇ, ਆਵਾਜਾਵੀ, ਜਿਹੜੇ ਲੋਕ ਵਪਾਰੀ ਹੈ, ਅਤੇ ਹਿੰਦੁਸਤਾਨ ਲੁਧਿਆਣੇ ਦਾ ਮਾਨਚੈਸਟਰ ਕਿਹਾ ਜਾਂਦਾ, ਔਰ ਇੱਥੇ ਆਉਣ ਲਈ ਬੜੀ ਦਿੱਕਤਾਂ ਹੁੰਦੀਆਂ। ਸੈਂਟਰ ਤੋਂ ਮਿਨਿਸਟਰਸ ਆਉਂਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਨੌਕਰੇ ਦਾ ਰਸਤਾ ਕਿੱਧਰੋਂ ਦੀ ਜਾਈਏ, ਫਿਰ ਸਾਨੂੰ ਫੋਨ ਆਉਂਦਾ ਅਸੀਂ ਲੈ ਕੇ ਆਈਦਾ। ਸਾਡੀ ਇੱਕੋ ਹੀ ਡਿਮਾਂਡ ਸੀਗੀ ਇੱਥੋਂ ਰਸਤਾ ਨਿਕਲ ਜਾਵੇ ਤਾਂ ਕਿ ਆਵਾਜਾਵੀ ਹੋਏ, ਸ਼ਹੀਦ ਸੁਖਦੇਵ ਨੂੰ ਲੋਕ ਨਮਨ ਕਰਨ ਨਾਲ। ਕਈ ਬੰਦੇ ਫੋਰਨ ਤੋਂ ਵੀ ਆਉਂਦੇ, ਸਟੂਡੈਂਟ ਆਉਂਦੇ ਆ ਜਿਹੜੇ ਕਿ ਉਹਨਾਂ ਨੂੰ PhD ਕਰ ਰਹੇ ਆ, PhD ਦੇ ਵਿੱਚ ਵੀ ਉਹਨਾਂ ਨੇ ਦਿੱਤਾ ਗਿਆ ਕਿ ਸੁਖਦੇਵ ਥਾਪਰ ਦਾ ਘਰ ਕਿੱਥੇ ਹੈ, ਉਹਨਾਂ ਨੇ ਭਗਤ ਸਿੰਘ ਨਾਲ ਸ਼ਹਾਦਤ ਦਿੱਤੀ ਹੈ। ਉਹਨਾਂ ਨੂੰ ਦੱਸਣ ਲਈ ਅਸੀਂ ਸੁਣਦਾ 4000 ਤੋਂ ਇੱਕ ਡਿਮਾਂਡ ਹੈ ਤੁਹਾਡੀ ਛੋਟੀ ਜਿਹੀ। ਪਾਕਿਸਤਾਨ ਤੋਂ ਇੱਕ ਲਾਂਘਾ ਲੈਣ ਲਈ ਇੰਨੀ ਜਦੋਂ ਜਹਿਦ ਕਰਤੀ, ਕਈ ਸਾਲ ਲੰਘ ਗਏ, ਇਹ ਤਾਂ ਆਪਣੇ ਦੇਸ਼ ਦਾ ਇੱਕ 40 ਗਜ ਦੀ ਜਗ੍ਹਾ, ਅਤੇ ਇੱਥੇ ਸਰਕਾਰਾਂ ਕੀ ਨਹੀਂ ਕਰ ਸਕਦੀਆਂ। ਅੱਜ 15 ਮਈ ਨੂੰ ਸ਼ਹੀਦ ਸੁਖਦੇਵ ਜੀ ਦਾ ਜਨਮ ਦਿਹਾੜਾ, 112ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਉਹਨਾਂ ਦੇ ਜਨਮ ਸਥਾਨ
ਮੁਹੱਲਾ 9 ਕਰਾ ਲੁਧਿਆਣਾ ਦੇ ਵਿੱਚ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਾਂ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਵੱਲੋਂ, ਔਰ ਨੌਜਵਾਨਾਂ ਨੂੰ ਔਰ ਬੱਚਿਆਂ ਨੂੰ ਆਪਣੇ ਵੱਲੋਂ ਟਰੱਸਟ ਵੱਲੋਂ ਇਹ ਸਮੇਂ ਸਮੇਂ 'ਤੇ ਜਾਣਕਾਰੀ ਦੇਣ ਦੇ ਉਪਰਾਲੇ ਕੀਤੇ ਜਾਂਦੇ ਰਹੇ ਹੈ ਕਿ ਸ਼ਹੀਦਾਂ ਦੇ ਦੱਸੇ ਹੋਏ ਮਾਰਗ 'ਤੇ ਅੱਜ ਦੇਸ਼ ਨੂੰ ਬਚਾਉਣ ਦੀ ਲੋੜ ਹੈ, ਕਿਉਂਕਿ ਬਾਹਰਲੀਆਂ ਸ਼ਕਤੀਆਂ ਸਾਡੇ ਦੇਸ਼ ਦੇ ਉੱਤੇ ਕਈ ਤਰ੍ਹਾਂ ਦੇ ਹਮਲੇ ਕਰ ਰਹੀਆਂ। ਉਹਨਾਂ ਦੇ ਵਿੱਚ ਇੱਕ ਹਮਲਾ ਨਸ਼ਿਆਂ ਦਾ ਹਮਲਾ, ਉਹ ਨਸ਼ਿਆਂ ਤੋਂ ਬਚਾਉਣ ਦੇ ਲਈ ਇਹ ਸਭ ਤੋਂ ਵੱਡਾ ਹਮਲਾ ਹੈ, ਜਿਹੜਾ ਕਿ ਅਸੀਂ ਆਪਣੇ ਨੌਜਵਾਨਾਂ ਦੇ ਨਾਲ ਮਿਲ ਕੇ ਉਹਦਾ ਮੁਕਾਬਲਾ ਕਰ ਸਕਦੇ ਹਾਂ। ਇਹਦਾ ਮੁਕਾਬਲਾ ਨਾ ਤਾਂ ਸੁਰੱਖਿਆ ਬਲ ਕਰ ਸਕਦੇ ਹੈ ਅਤੇ ਨਾ ਕੋਈ ਲੀਡਰ ਕਰ ਸਕਦੇ ਹੈ। ਇਹ ਤਾਂ ਸਾਡੇ ਜਿਹੜੇ ਸ਼ਹੀਦਾਂ ਨੇ ਮਾਰਗ ਸਾਨੂੰ ਦਿਖਾਇਆ, ਉਸ ਮਾਰਗ 'ਤੇ ਚੱਲ ਕੇ ਕਿ ਅਸੀਂ ਦੇਸ਼ ਲਈ ਕੁਛ ਕਰਨਾ, ਸਾਡੇ ਆਉਣ ਵਾਲੀ ਪੀੜ੍ਹੀ ਇਹਦਾ ਸਫਾਇਆ ਕਰ ਸਕਦੀ ਹੈ ਜੇ ਉਹ ਸ਼ਹੀਦਾਂ ਦੇ ਦੱਸੇ ਮਾਰਗ 'ਤੇ ਚੱਲਣਗੇ। ਇਹ ਕਹਿੰਦਾ ਹੋਇਆ ਮੈਂ ਅੱਜ ਸਾਰੇ ਦੇਸ਼ ਵਾਸੀਆਂ ਨੂੰ ਦੁਬਾਰਾ ਤੋਂ ਸ਼ਹੀਦ ਸੁਖਦੇਵ ਥਾਪਰ ਜੀ ਦੇ ਜਨਮ ਦਿਹਾੜੇ 'ਤੇ ਲੱਖ ਲੱਖ ਵਧਾਈ ਦਿੰਦਾ। ਜੈ ਹਿੰਦ, ਜੈ ਭਾਰਤ। ਸ਼ਹੀਦ ਦੀ ਜਨਮ ਸਥਲੀ ਤੇ ਪਹੁੰਚੇ ਸੀਨੀਅਰ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ ਨੇ ਦਾਅਵਾ ਕੀਤਾ ਕਿ ਟਰੱਸਟ ਦੀ ਮੰਗ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ ਅਤੇ ਸ਼ਹੀਦ ਦੀ ਜਨਮ ਸਥਲੀ ਨੂੰ ਮੁੱਖ ਸੜਕ ਨਾਲ ਵੀ ਜੋੜਿਆ ਜਾਵੇਗਾ। ਅੱਜ ਸ਼ਹੀਦ ਆਜ਼ਮ ਸੁਖਦੇਵ ਥਾਪਰ ਜੀ ਦਾ ਜਨਮ ਦਿਹਾੜਾ 112ਵਾਂ ਬੜੀ ਸ਼ਰਧਾ ਪੂਰਵਕ ਹਰ ਸਾਲ ਦੀ ਤਰ੍ਹਾਂ ਨਕਰਾ ਦੇ ਵਿੱਚ ਅਸ਼ੋਕ ਥਾਪਰ ਜੀ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਬੜੀ ਸ਼ਰਧਾ ਭਾਵਨਾ ਮਨਾਉਂਦੇ ਆ, ਔਰ ਇਹ ਦਿਹਾੜਾ ਜਿਹਾ ਮਨਾਉਣਾ ਵੀ ਬਹੁਤ ਜ਼ਰੂਰੀ ਹੈ। ਉਹ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਇਹਨਾਂ ਨੌਜਵਾਨਾਂ ਨੇ ਆਪਣੀ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ, ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਸੁਖਦੇਵ ਜੀ ਦੀ, ਰਾਜਗੁਰੂ ਜੀ ਦੀ, ਸ਼ਹੀਦ ਭਗਤ ਸਿੰਘ ਜੀ ਦੀ, ਇਹਨਾਂ ਤਿੰਨਾਂ ਨੇ ਇੱਕ ਬਹੁਤ ਵੱਡੀ ਲਹਿਰ ਚਲਾਈ ਸੀ ਜਿਹਦੇ ਨਾਲ ਹਜ਼ਾਰਾਂ ਸ਼ਹੀਦਾਂ ਦੇ ਨਾਲ ਸਾਥੀ ਬਣੇ। ਜਿਹੜੀ ਇੱਥੇ ਇੱਕ ਰਸਤੇ ਦੀ ਡਿਮਾਂਡ ਆ ਉਹ ਵੀ ਪੂਰੀ ਹੋਏਗੀ, ਉਹ ਵੀ ਸਰਕਾਰ ਨੇ ਡਿਮਾਂਡ ਕੀਤੀ ਹੋਈ ਹੈ, ਕਾਰਪੋਰੇਸ਼ਨ ਵੀ ਆ ਗਈ ਹੈ, ਉਹਨਾਂ ਦਾ ਜੋ ਵੀ ਹੱਲ ਹੋਏਗਾ ਉਹ ਕਰਕੇ ਦੇਣਗੇ ਜ਼ਰੂਰ। ਸਰਕਾਰ ਦੇ ਕੋਲ ਆਈ ਹੈ, ਸਾਡੇ ਹੌਸਲੇ 'ਚ ਆਈ, ਹੌਸਲੇ 'ਚ ਅਸੀਂ ਕਰਕੇ ਦੇਵਾਂਗੇ, ਕਿਉਂਕਿ ਇਹ ਤਾਂ ਸ਼ਹੀਦ ਦੀ ਜਗ੍ਹਾ ਦੇ ਨਾਲ ਜੁੜਦੀ ਜਗ੍ਹਾ ਹੈ। ਸ਼ਹੀਦ ਦਾ ਕੰਮ ਤਾਂ ਸਾਨੂੰ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਤਾਂ ਕਿ ਦੁਨੀਆਂ ਨੂੰ ਇਹ ਪਤਾ ਲੱਗੇ ਵੀ ਸ਼ਹੀਦ ਦੇ ਪਿੱਛੇ ਕੋਈ ਯਾਦ ਕਰਨ ਵਾਲੇ, ਸਾਰਾ ਦੇਸ਼ ਉਹਨਾਂ ਯਾਦ ਕਰਦਾ, ਸਾਰਾ ਇਲਾਕਾ ਯਾਦ ਕਰਦਾ ਸਾਰਾ। ਉਹ ਸਾਨੂੰ ਬੜਾ ਫਖਰ ਹੈ ਸੁਖਦੇਵ ਜੀ 'ਤੇ, ਇਹ ਸਾਡੇ ਇਸ ਇਲਾਕੇ ਦੇ ਸੀਗੇ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ ਔਰ ਹਿੰਦੁਸਤਾਨ ਦੇ ਵਿੱਚ ਨਾਮ ਬਣਾਇਆ, ਸਾਰੀ ਦੁਨੀਆਂ ਦੇ 'ਚ ਨਾਮ ਆਇਆ ਸੁਖਦੇਵ ਜੀ ਦਾ। ਇੱਕ ਵਾਰੀ ਫਿਰ ਮੈਂ ਉਹਨਾਂ ਦੇ ਚਰਨਾਂ ਸ਼ਰਧਾ ਸੁਮਨ ਭੇਟ ਕਰਦਾ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।